ਪਹਿਲਾਂ ਖੰਡ ਦੀ ਚਾਹ ਖਾਸ ਲੋਕ ਪੀਂਦੇ ਹੁੰਦੇ ਸੀ ਤੇ ਗੁੜ ਦੀ ਚਾਹ ਆਮ ਲੋਕ ਪੀਂਦੇ ਹੁੰਦੇ ਸੀ ਤੇ ਹੁਣ ਗੁੜ ਦੀ ਚਾਹ ਖਾਸ ਲੋਕ ਪੀਂਦੇ ਨੇ ਤੇ ਖੰਡ ਦੀ ਚਾਹ ਆਮ ਲੋਕ ਪੀਂਦੇ ਨੇ। ਪਹਿਲਾਂ ਕਣਕ ਦੀ ਰੋਟੀ ਖਾਸ ਲੋਕ ਖਾਂਦੇ ਹੁੰਦੇ ਸੀ ਤੇ ਮਿੱਸੀ ਰੋਟੀ ਆਮ ਲੋਕ ਖਾਂਦੇ ਹੁੰਦੇ ਸੀ ਤੇ ਹੁਣ ਮਿੱਸੀ ਰੋਟੀ ਖਾਸ ਲੋਕ ਖਾਂਦੇ ਨੇ ਤੇ ਕਣਕ ਦੀ ਰੋਟੀ ਆਮ ਲੋਕ ਖਾਂਦੇ ਨੇ। ਪਹਿਲਾਂ ਇੱਕ ਸਮਾਂ ਸੀ ਜਦੋਂ ਕੁੜੀਆਂ ਆਪਣਾ ਜੀਵਨ ਸਾਥੀ ਆਪ ਚੁਣਦੀਆਂ ਹੁੰਦੀਆਂ ਸੀ ਪਰ ਕੁੜੀਆਂ ਭਾਵੁਕ ਹੋ ਕੇ ਗਲਤ ਇਨਸਾਨ ਨੂੰ ਚੁਣ ਲੈਂਦੀਆਂ। ਇਸ ਗੱਲ ਨੂੰ ਦੇਖਦੇ ਹੋਏ ਬਜ਼ੁਰਗਾਂ ਨੇ ਇਸ ਖਾਸ ਕਾਰਜ ਨੂੰ ਆਪਣੇ ਹੱਥ ਵਿੱਚ ਲਿਆ ਅਤੇ ਮੁੰਡੇ ਬਾਰੇ ਚੰਗੀ ਤਰ੍ਹਾਂ ਪਤਾ ਕਰਕੇ ਅਤੇ ਉਸ ਪਰਿਵਾਰ ਬਾਰੇ ਪਤਾ ਕਰਕੇ ਰਿਸ਼ਤਾ ਕਰਦੇ ਸੀ ਪਰ ਹੁਣ ਦੁਬਾਰਾ ਫਿਰ ਉਹੀ ਸਮਾਂ ਵਾਪਸ ਆ ਗਿਆ। 50-60 ਸਾਲ ਪਹਿਲਾਂ ਇੱਕ ਸਮਾਂ ਸੀ ਕੁਝ ਬਜ਼ੁਰਗਾਂ ਨੂੰ ਪੈਸੇ ਦੇ ਕੇ ਵਿਆਹ ਕਰਵਾਉਣਾ ਪੈਂਦਾ ਹੁੰਦਾ ਸੀ। ਫਿਰ ਸਮਾਂ ਆਇਆ ਕਿ ਕੁੜੀ ਵਾਲੇ ਦਾਜ ਦੇਣ ਲੱਗ ਗਏ ਤੇ ਹੁਣ ਦੁਬਾਰੇ ਫਿਰ ਉਹੀ ਸਮਾਂ ਵਾਪਸ ਆ ਗਿਆ। ਆਈਲੈਸ ਵਾਲੀ ਕੁੜੀ ਨੂੰ ਮੁੰਡੇ ਵਾਲੇ ਪੈਸੇ ਦਿੰਦੇ ਹਨ। ਇੱਕ ਸਮਾਂ ਸੀ ਜਦੋਂ ਪੈਂਟਾਂ ਖੁੱਲੀਆਂ ਪਾਈਆਂ ਜਾਂਦੀਆਂ ਸੀ ਤੇ ਫਿਰ ਤੰਗ ਪੈਂਟਾਂ ਦਾ ਰਿਵਾਜ ਆਇਆ ਤੇ ਹੁਣ ਵਾਪਸ ਫਿਰ ਖੁੱਲੀਆਂ ਪੈਂਟਾਂ ਦਾ ਰਿਵਾਜ ਆ ਗਿਆ। ਇੱਕ ਸਮਾਂ ਸੀ ਜਦੋਂ ਲੋਕ ਸਾਈਕਲ ਦੇ ਉੱਤੇ ਕੰਮ ਤੇ ਜਾਂਦੇ ਸੀ ਤੇ ਤੰਦਰੁਸਤ ਰਹਿੰਦੇ ਸੀ। ਫਿਰ ਸਮਾਂ ਆਇਆ ਕਿ ਹਰ ਕਿਸੇ ਨੇ ਮੋਟਰਸਾਈਕਲ ਲੈ ਲਿਆ ਤੇ ਹੁਣ ਫਿਰ ਬਿਮਾਰੀਆਂ ਤੋਂ ਬਚਣ ਦੇ ਲਈ ਫੈਂਸੀ ਸਾਈਕਲ ਲੈ ਕੇ ਲੋਕ ਸਾਈਕਲਿੰਗ ਕਰਨ ਜਾਂਦੇ ਹਨ। ਇੱਕ ਸਮਾਂ ਸੀ ਜਦੋਂ ਲੋਕੀ ਘਰ ਦਾ ਦੇਸੀ ਘਿਓ ਵਰਤਦੇ ਸੀ ਤੇ ਤੰਦਰੁਸਤ ਰਹਿੰਦੇ ਸੀ। ਫਿਰ ਰਿਫਾਇੰਡ ਨੇ ਉਹ ਜਗ੍ਹਾ ਲੈ ਲਈ ਤੇ ਹੁਣ ਵਾਪਸ ਫਿਰ ਡਾਕਟਰ ਦੇਸੀ ਘਿਓ ਵਰਤਣ ਦੀ ਸਲਾਹ ਦਿੰਦੇ ਹਨ। ਇੱਕ ਸਮਾਂ ਸੀ ਜਦੋਂ ਅੰਗਰੇਜ਼ਾਂ ਨੂੰ ਇੰਡੀਆ 'ਚੋਂ ਕੱਢਣ ਦੇ ਲਈ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸੀ ਪਰ ਅੱਜ ਉਹਨਾਂ ਅੰਗਰੇਜ਼ਾਂ ਕੋਲੇ ਜਾਣ ਵਾਸਤੇ ਪੰਜਾਬੀ ਹਰ ਹੱਥ ਕੰਡਾ ਅਪਣਾਉਂਦੇ ਹਨ। ਕੋਈ ਸਮਾਂ ਸੀ ਜਦੋਂ ਲੋਕ ਦਾਤਣ ਕਰਦੇ ਸੀ ਤੇ ਉਹਨਾਂ ਦੇ ਦੰਦ ਮਜ਼ਬੂਤ ਅਤੇ ਤੰਦਰੁਸਤ ਰਹਿੰਦੇ ਹੁੰਦੇ ਸੀ। ਫਿਰ ਕੋਲਗੇਟ ਨੇ ਦਾਤਣ ਦੀ ਜਗ੍ਹਾ ਲੈ ਲਈ ਤੇ ਹੁਣ ਫਿਰ ਦੰਦਾਂ ਨੂੰ ਮਜ਼ਬੂਤ ਅਤੇ ਤੰਦਰੁਸਤ ਰੱਖਣ ਲਈ ਦਾਤਣ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਕੋਈ ਸਮਾਂ ਸੀ ਜਦੋਂ ਲੋਕੀ ਪਹਾੜੀ ਲੂਣ ਵਰਤਦੇ ਸੀ ਅਤੇ ਤੰਦਰੁਸਤ ਰਹਿੰਦੇ ਸੀ। ਫਿਰ ਸਮਾਂ ਆ ਗਿਆ ਚਿੱਟੇ ਲੂਣ ਦਾ ਤੇ ਹੁਣ ਫਿਰ ਸਲਾਹ ਦਿੱਤੀ ਜਾਂਦੀ ਹੈ ਕਿ ਪਹਾੜੀ ਲੂਣ ਵਰਤੋ ਅਤੇ ਤੰਦਰੁਸਤ ਰਹੋ। ਕੋਈ ਸਮਾਂ ਸੀ ਜਦੋਂ ਮਾਹਿਰ ਵਿਗਿਆਨਿਕ ਖੇਤੀ ਕਰਨ ਦੀ ਸਲਾਹ ਦਿੰਦੇ ਸੀ ਪਰ ਅੱਜ ਕੱਲ੍ਹ ਮਾਹਿਰ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ ਦੀ ਸਲਾਹ ਦਿੰਦੇ ਹਨ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤੇ ਗੱਲਾਂ ਬਾਤਾਂ ਸੀ ਜਿਹੜੀਆਂ ਪਹਿਲਾਂ ਹੁੰਦੀਆਂ ਸੀ ਤੇ ਬੰਦ ਹੋ ਗਈਆਂ ਸੀ ਤੇ ਦੁਬਾਰਾ ਫਿਰ ਹੋਣ ਲੱਗ ਗਈਆਂ। ਸੋ ਦੋਸਤੋ, ਮੁੱਕਦੀ ਗੱਲ ਇਹ ਆ ਕਿ ਜਿਹੜਾ ਸਮੇਂ ਦਾ ਚੱਕਰ ਆ ਇਹਨੇ ਘੁੰਮੀ ਜਾਣਾ, ਮੁੜ ਉਹੀ ਸਮਾਂ ਵਾਪਸ ਆਉਂਦਾ ਰਹਿੰਦਾ ਹੈ। ਜੇ ਗੱਲਬਾਤ ਚੰਗੀ ਲੱਗੀ ਤਾਂ ਲਾਈਕ, ਸ਼ੇਅਰ, ਫਾਲੋ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਧੰਨਵਾਦ।